ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਅੱਜ ਮੈਂ ਤੁਹਾਨੂੰ ਬਣਾਉਣਾ ਦੱਸੂੰਗੀ ਇਹ ਵਾਲਾ ਡਿਜ਼ਾਇਨ। ਇਸ ਡਿਜ਼ਾਇਨ ਨੂੰ ਬਣਾਉਣ ਦੇ ਲਈ ਸਿਲਾਈ ਉੱਪਰ ਤਿੰਨ ਤਿੰਨ ਕੁੰਡਿਆਂ ਦੇ ਹਿਸਾਬ ਨਾਲ ਕੁੰਡੇ ਚਾਹੀਦੇ ਨੇ ਅਤੇ ਦੋ ਕੁੰਡੇ ਵੱਧ। ਚਲੋ ਜੀ ਸਟਾਰਟ ਕਰਦੇ ਹਾਂ ਆਪਾਂ ਡਿਜ਼ਾਇਨ ਬਣਾਉਣਾ। ਪਹਿਲੀ ਸਿਲਾਈ, ਪਹਿਲਾ ਕੁੰਡਾ ਉਲਟਾ ਬੁਣਾਂਗੇ, ਸਿਲਾਈ ਉੱਪਰ ਇਸ ਤਰ੍ਹਾਂ ਬਲ ਪਾਵਾਂਗੇ। ਤਿੰਨ ਕੁੰਡਿਆਂ ਦਾ ਇੱਕ ਕੁੰਡਾ ਕਰਾਂਗੇ ਬੈਕ ਸਾਈਡ ਤੋਂ, ਇਹ ਦੋ ਕੁੰਡਿਆਂ ਦਾ ਇੱਕ ਕੁੰਡਾ ਕਰਾਂਗੇ, ਇਹ ਲਾਸਟ ਵਾਲਾ ਕੁੰਡਾ ਛੱਡ ਕੇ। ਇਹ ਕੁੰਡੇ ਆਪਣੇ ਲੂਜ਼ ਰੱਖਣੇ ਨੇ। ਸਿਲਾਈ ਉੱਪਰ ਇਸ ਤਰ੍ਹਾਂ ਬਲ ਪਾਵਾਂਗੇ, ਤਿੰਨ ਕੁੰਡਿਆਂ ਦਾ ਇੱਕ ਕੁੰਡਾ ਕਰਾਂਗੇ, ਕੁੰਡੇ ਨੂੰ ਇਸ ਤਰ੍ਹਾਂ ਲੂਜ਼ ਰੱਖਾਂਗੇ ਅਤੇ ਲਾਸਟ ਵਾਲਾ ਕੁੰਡਾ ਛੱਡ ਕੇ ਦੋ ਕੁੰਡਿਆਂ ਦਾ ਇੱਕ ਕੁੰਡਾ ਕਰਾਂਗੇ। ਦੇਖੋ ਤਿੰਨ ਕੁੰਡੇ ਤੋਂ ਆਪਣੇ ਕੋਲ ਤਿੰਨ ਕੁੰਡੇ ਬਣ ਜਾਂਦੇ ਨੇ। ਸਿਲਾਈ ਉੱਪਰ ਇਸ ਤਰ੍ਹਾਂ ਬਲ ਪਾਵਾਂਗੇ, ਤਿੰਨ ਕੁੰਡਿਆਂ ਦਾ ਇੱਕ ਕੁੰਡਾ ਕਰਾਂਗੇ, ਅੱਗੇ ਵਾਲੇ ਦੋ ਕੁੰਡਿਆਂ ਦਾ ਇੱਕ ਕੁੰਡਾ ਕਰਾਂਗੇ। ਸਿਲਾਈ ਉੱਪਰ ਇਸ ਤਰ੍ਹਾਂ ਬਲ ਪਾਵਾਂਗੇ, ਤਿੰਨ ਕੁੰਡਿਆਂ ਦਾ ਇੱਕ ਕੁੰਡਾ ਕਰਾਂਗੇ, ਇਹ ਲਾਸਟ ਵਾਲਾ ਕੁੰਡਾ ਛੱਡ ਕੇ ਦੋ ਕੁੰਡਿਆਂ ਦਾ ਇੱਕ ਕੁੰਡਾ ਕਰਾਂਗੇ। ਸਿਲਾਈ ਉੱਪਰ ਇਸ ਤਰ੍ਹਾਂ ਬਲ ਪਾਵਾਂਗੇ, ਤਿੰਨ ਕੁੰਡਿਆਂ ਦਾ ਇੱਕ ਕੁੰਡਾ ਕਰਾਂਗੇ, ਲਾਸਟ ਵਾਲਾ ਇਹ ਵਾਲਾ ਕੁੰਡਾ ਛੱਡ ਕੇ ਦੋ ਕੁੰਡਿਆਂ ਦਾ ਇੱਕ ਕੁੰਡਾ ਕਰਾਂਗੇ। ਸਿਲਾਈ ਉੱਪਰ ਇਸ ਤਰ੍ਹਾਂ ਬਲ ਪਾਵਾਂਗੇ, ਤਿੰਨ ਕੁੰਡਿਆਂ ਦਾ ਇੱਕ ਕੁੰਡਾ ਕਰਾਂਗੇ, ਲਾਸਟ ਵਾਲਾ ਕੁੰਡਾ ਛੱਡ ਕੇ ਦੋ ਕੁੰਡਿਆਂ ਦਾ ਇੱਕ ਕੁੰਡਾ ਕਰਾਂਗੇ। ਸਿਲਾਈ ਉੱਪਰ ਇਸ ਤਰ੍ਹਾਂ ਬਲ ਪਾਵਾਂਗੇ, ਤਿੰਨ ਕੁੰਡਿਆਂ ਦਾ ਇੱਕ ਕੁੰਡਾ ਕਰਾਂਗੇ, ਲਾਸਟ ਵਾਲਾ ਕੁੰਡਾ ਛੱਡ ਕੇ ਅਗਲੇ ਦੋ ਕੁੰਡਿਆਂ ਦਾ ਇੱਕ ਕੁੰਡਾ ਕਰਾਂਗੇ। ਸਿਲਾਈ ਉੱਪਰ ਇਸ ਤਰ੍ਹਾਂ ਬਲ ਪਾਵਾਂਗੇ, ਤਿੰਨ ਕੁੰਡਿਆਂ ਦਾ ਇੱਕ ਕੁੰਡਾ ਕਰਾਂਗੇ, ਅੱਗੇ ਵਾਲੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਹੋਰ ਬਣਾਵਾਂਗੇ ਅਤੇ ਲਾਸਟ ਵਾਲਾ ਕੁੰਡਾ ਛੱਡ ਕੇ। ਸਿਲਾਈ ਉੱਪਰ ਇਸ ਤਰ੍ਹਾਂ ਬਲ ਪਾਵਾਂਗੇ, ਤਿੰਨ ਕੁੰਡਿਆਂ ਦਾ ਇੱਕ ਕੁੰਡਾ ਕਰਾਂਗੇ, ਅਗਲੇ ਦੋ ਕੁੰਡਿਆਂ ਦਾ ਇੱਕ ਕੁੰਡਾ ਕਰਾਂਗੇ। ਸਿਲਾਈ ਉੱਪਰ ਇਸ ਤਰ੍ਹਾਂ ਬਲ ਪਾਵਾਂਗੇ, ਤਿੰਨ ਕੁੰਡਿਆਂ ਦਾ ਇੱਕ ਕੁੰਡਾ ਕਰਾਂਗੇ, ਅਗਲੇ ਦੋ ਕੁੰਡਿਆਂ ਦਾ ਇੱਕ ਕੁੰਡਾ ਕਰਾਂਗੇ, ਤੀਸਰਾ ਕੁੰਡਾ ਛੱਡ ਕੇ ਲਾਸਟ ਦਾ ਕੁੰਡਾ ਉਲਟਾ ਬਣਾਂਗੇ। ਦੂਸਰੀ ਸਿਲਾਈ ਉਲਟੀ ਸਾਈਡ, ਦੂਸਰੀ ਸਿਲਾਈ ਵੀ ਪਹਿਲੀ ਸਿਲਾਈ ਦੀ ਤਰ੍ਹਾਂ ਹੀ ਬਣੂ। ਪਹਿਲਾ ਕੁੰਡਾ ਉਲਟਾ ਬਣਾਂਗੇ, ਸਿਲਾਈ ਉੱਪਰ ਇਸ ਤਰ੍ਹਾਂ ਬਲ ਪਾਵਾਂਗੇ, ਇਹ ਤਿੰਨ ਕੁੰਡਿਆਂ ਦਾ, ਦੋਵੇਂ ਕੁੰਡੇ ਨਿੱਕੇ ਜਿਹੜਾ ਬਲ ਪਾਇਆ ਸੀ ਇਹ, ਇਹਨਾਂ ਤਿੰਨਾਂ ਕੁੰਡਿਆਂ ਦਾ ਇੱਕ ਕੁੰਡਾ ਕਰਾਂਗੇ, ਅੱਗੇ ਵਾਲੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ, ਲਾਸਟ ਵਾਲਾ ਕੁੰਡਾ ਛੱਡ ਕੇ। ਸਿਲਾਈ ਉੱਪਰ ਇਸ ਤਰ੍ਹਾਂ ਬਲ ਪਾਵਾਂਗੇ, ਇਹ ਤਿੰਨ ਕੁੰਡਿਆਂ ਦਾ ਇੱਕ ਕੁੰਡਾ ਕਰਾਂਗੇ, ਦੋ ਕੁੰਡਿਆਂ ਦਾ ਇੱਕ ਕੁੰਡਾ ਕਰਾਂਗੇ। ਸਿਲਾਈ ਉੱਪਰ ਇਸ ਤਰ੍ਹਾਂ ਬਲ ਪਾਵਾਂਗੇ, ਇਹ ਤਿੰਨ ਕੁੰਡਿਆਂ ਦਾ ਇੱਕ ਕੁੰਡਾ ਕਰਾਂਗੇ, ਇਹ ਦੋ ਕੁੰਡਿਆਂ ਦਾ ਇੱਕ ਕੁੰਡਾ ਕਰਾਂਗੇ। ਸਿਲਾਈ ਉੱਪਰ ਇਸ ਤਰ੍ਹਾਂ ਬਲ ਪਾਵਾਂਗੇ, ਤਿੰਨ ਕੁੰਡਿਆਂ ਦਾ ਇੱਕ ਕੁੰਡਾ ਕਰਾਂਗੇ, ਲਾਸਟ ਵਾਲਾ ਕੁੰਡਾ ਛੱਡ ਕੇ ਦੋ ਕੁੰਡਿਆਂ ਦਾ ਇੱਕ ਕੁੰਡਾ ਕਰਾਂਗੇ। ਸਿਲਾਈ ਉੱਪਰ ਇਸ ਤਰ੍ਹਾਂ ਬਲ ਪਾਵਾਂਗੇ, ਤਿੰਨ ਕੁੰਡਿਆਂ ਦਾ ਇੱਕ ਕੁੰਡਾ ਕਰਾਂਗੇ, ਲਾਸਟ ਵਾਲਾ ਕੁੰਡਾ ਛੱਡ ਕੇ ਅੱਗੇ ਵਾਲੇ ਦੋ ਕੁੰਡਿਆਂ ਦਾ ਇੱਕ ਕੁੰਡਾ ਕਰਾਂਗੇ। ਸਿਲਾਈ ਉੱਪਰ ਇਸ ਤਰ੍ਹਾਂ ਬਲ ਪਾਵਾਂਗੇ, ਤਿੰਨ ਕੁੰਡਿਆਂ ਦਾ ਇੱਕ ਕੁੰਡਾ ਕਰਾਂਗੇ, ਅਗਲੇ ਦੋ ਕੁੰਡਿਆਂ ਦਾ ਇੱਕ ਕੁੰਡਾ ਕਰਾਂਗੇ, ਲਾਸਟ ਵਾਲਾ ਕੁੰਡਾ ਛੱਡ ਕੇ। ਸਿਲਾਈ ਉੱਪਰ ਇਸ ਤਰ੍ਹਾਂ ਬਲ ਪਾਵਾਂਗੇ, ਤਿੰਨ ਕੁੰਡਿਆਂ ਦਾ ਇੱਕ ਕੁੰਡਾ ਕਰਾਂਗੇ, ਅਗਲੇ ਦੋ ਕੁੰਡਿਆਂ ਦਾ ਇੱਕ ਕੁੰਡਾ ਕਰਾਂਗੇ, ਲਾਸਟ ਵਾਲਾ ਕੁੰਡਾ ਛੱਡ ਕੇ। ਸਿਲਾਈ ਉੱਪਰ ਇਸ ਤਰ੍ਹਾਂ ਬਲ ਪਾਵਾਂਗੇ, ਇਹ ਤਿੰਨ ਕੁੰਡਿਆਂ ਦਾ ਇੱਕ ਕੁੰਡਾ ਕਰਾਂਗੇ, ਅੱਗੇ ਵਾਲੇ ਦੋ ਕੁੰਡਿਆਂ ਦਾ ਇੱਕ ਕੁੰਡਾ ਕਰਾਂਗੇ, ਲਾਸਟ ਵਾਲਾ ਕੁੰਡਾ ਛੱਡ ਕੇ। ਸਿਲਾਈ ਉੱਪਰ ਇਸ ਤਰ੍ਹਾਂ ਬਲ ਪਾਵਾਂਗੇ, ਤਿੰਨ ਕੁੰਡਿਆਂ ਦਾ ਇੱਕ ਕੁੰਡਾ ਕਰਾਂਗੇ, ਅਗਲੇ ਦੋ ਕੁੰਡਿਆਂ ਦਾ ਇੱਕ ਕੁੰਡਾ ਕਰਾਂਗੇ, ਇਹ ਲਾਸਟ ਵਾਲਾ ਕੁੰਡਾ ਛੱਡ ਕੇ। ਸਿਲਾਈ ਉੱਪਰ ਇਸ ਤਰ੍ਹਾਂ ਬਲ ਪਾਵਾਂਗੇ, ਇਹ ਤਿੰਨ ਕੁੰਡਿਆਂ ਦਾ ਇੱਕ ਕੁੰਡਾ ਕਰਾਂਗੇ, ਅਗਲੇ ਦੋ ਕੁੰਡਿਆਂ ਦਾ ਇੱਕ ਕੁੰਡਾ ਕਰਾਂਗੇ, ਲਾਸਟ ਵਾਲਾ ਕੁੰਡਾ ਛੱਡ ਕੇ, ਲਾਸਟ ਦਾ ਕੁੰਡਾ ਉਲਟਾ ਬਣਾਂਗੇ।
ਇਹਨਾਂ ਦੋ ਸਿਲਾਈਆਂ ਨੂੰ ਵਾਰ ਵਾਰ ਰਿਪੀਟ ਕਰਦੇ ਜਾਓ ਅਤੇ ਇੱਕ ਸ਼ਾਨਦਾਰ ਡਿਜ਼ਾਇਨ ਤਿਆਰ ਕਰਦੇ ਜਾਓ। ਵੀਡੀਓ ਨੂੰ ਲਾਇਕ ਸ਼ੇਅਰ ਔਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ। ਥੈਂਕ ਯੂ।